ਗਾਇਆ ਨਾ ਰੋਜ਼ ਮੈਨੂੰ ਦਾਰੂ ਪਿਲਾਉਂਦਾ ਹੀ ਆ। ਕਿੰਨੀ ਕਿੰਨੀ ਪਿਉਂਦਾ? ਨੀਵੇਂ। ਤੇ ਜੇ ਨਹੀਂ ਸੀ ਪੀਂਦਾ ਤੇ ਕੀ ਕਰਦਾ ਸੀ? ਫਿਰ ਵੀ ਪਿਲਾਉਂਦਾ ਹੀ ਆ, ਮਾਰਦਾ ਵੀ ਸੀ ਆ, ਨਾਲੇ ਮੀਟ ਵੀ ਖਵਾਉਂਦਾ ਹੀ ਆ। ਜੀ ਮੇਰੇ ਨਾ ਮੇਰੇ ਜਿਹੜੇ ਤਾਇਆ ਜੀ ਬਾਹਰੋਂ ਆਏ ਹੋਏ ਸੀਗੇ ਅਤੇ ਉਹਨਾਂ ਮੈਨੂੰ ਅੰਮ੍ਰਿਤ ਭੰਗ ਕਰਨ ਦੀ ਕੋਸ਼ਿਸ਼ ਕਰਾਈ ਮੇਰੀ, ਮਤਲਬ ਮੇਰੇ ਤੋਂ ਮੀਟ ਸ਼ਰਾਬਾਂ ਮੰਗਾਈਆਂ ਜਿਹੜੇ ਅੰਮ੍ਰਿਤਧਾਰੀ ਬੱਚੇ ਨੂੰ ਨਹੀਂ ਸ਼ੋਭਾ ਦਿੰਦੀਆਂ, ਅਤੇ ਮੇਰੇ ਕੋਲ ਹੋਰ ਵੀ ਇੱਦਾਂ ਦੇ ਕੰਮ ਕਰੇ ਵੀ ਜਿਹੜੇ ਕੋਈ ਅਮਲੀਆਂ ਵਾਂਗੂ ਸ਼ਰਾਬੇ ਵਾਂਗੂ ਕਹਿੰਦੇ ਵੀ ਤੂੰ ਅੰਮ੍ਰਿਤ ਜਿਹੜਾ ਛਕਿਆ ਨਾ ਛੱਕ, ਆਪਾਂ ਸਾਰੇ ਜਿਹੜਾ ਟੱਬਰ ਆਪਣਾ ਵੀ ਜਿਹੜਾ ਸ਼ਰਾਬ ਮੀਟ ਖਾਂਦੇ ਪੀਂਦੇ ਆ, ਅਤੇ ਤੂੰ ਆਪਣਾ ਸ਼੍ਰੀ ਸਾਹਿਬ ਲਾ ਦੇ ਅਤੇ ਤੂੰ ਵਾ ਕੇਸ ਕੂਸ ਕਟਾ, ਮਤਲਬ ਵੀ ਤੂੰ ਸ਼੍ਰੀ ਸਾਹਿਬ ਆਪਣਾ ਭੰਗ ਕਰ ਦੇ। ਮੇਰਾ ਬੜੀ ਵਾਰੀ ਉਹਨੇ ਅੰਮ੍ਰਿਤ ਭੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਫਿਰ ਵੀ ਹਰ ਵਾਰੀ ਵੱਜਦਾ ਰਿਹਾ, ਪਰ ਆਖੀਰਕਾਰ ਜਦੋਂ ਮੈਂ ਉਹਦੀ ਨਹੀਂ ਮੰਨੀ ਤਾਂ ਉਹਨੇ ਮੈਨੂੰ ਕੁੱਟਿਆ ਅਤੇ ਮੇਰੇ ਕੇਸਾਂ ਦੀ ਬਦਬੀ ਕੀਤੀ, ਮੇਰੇ ਕਕਾਰਾਂ ਦੀ ਬੇਅਦਬੀ ਕੀਤੀ। ਸ਼ੁਰੂ ਤੋਂ ਉਹਦੀ ਮੇਰੀ ਮੰਮੀ 'ਤੇ ਬੁਰੀ ਨਜ਼ਰ ਸੀਗੀ ਅਤੇ ਜਦੋਂ ਮੈਂ ਉਹਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਕਈ ਵਾਰ ਝਿੜਕਦਾ ਮਾਰਦਾ, ਅਤੇ ਪਰ ਉਦਨ ਤਾਂ ਉਹਨੂੰ ਜ਼ਿਆਦਾ ਹੀ ਗੁੱਸਾ ਸੀਗਾ ਕਿ ਉਹਦੀ ਬੁਰੀ ਨਜ਼ਰ ਸੀਗੀ, ਤਾਂ ਮੰਮੀ ਨਾ ਕਮਰੇ 'ਚ ਇੱਦਾਂ ਜ਼ੋਰ ਜ਼ਬਰਦਸਤੀ ਕਰਨ ਜਾ ਚਾਹੁੰਦਾ ਸੀਗਾ। ਮੈਂ ਹਟਾਇਆ ਅਤੇ ਉਹਨੇ ਅਖੀਰਕਾਰ ਮੈਨੂੰ ਕੁੱਟਿਆ, ਮੇਰੇ ਕਕਾਰਾਂ ਦੀ ਬੇਅਦਬੀ ਵੀ ਕੀਤੀ ਸੀ। ਮੇਰਾ ਜੇਠ ਆਪਣੇ ਕਾਫੀ ਟਾਈਮ ਬਾਅਦ ਇੱਥੇ ਇੰਡੀਆ ਆਇਆ, ਪਹਿਲਾਂ ਪਤਾ ਨਹੀਂ ਸਾਨੂੰ ਕਿੱਥੇ ਸੀ ਕਿੱਥੇ ਨਹੀਂ, ਔਰ ਆ ਕੇ ਉਹਦਾ ਜਦੋਂ ਤੋਂ ਹੀ ਆਇਆ ਉਦੋਂ ਤੋਂ ਹੀ ਮਤਲਬ ਮੇਰੇ 'ਤੇ ਮਾੜੀ ਨਜ਼ਰ ਬੁਰੀ ਨਜ਼ਰ ਸੀਗੀ, ਅਤੇ ਉਹਨੂੰ ਵੀ ਮੈਂ ਵੀ ਇਗਨੋਰ ਕਰਦੀ ਰਹੀ, ਅਤੇ ਉਸ ਤੋਂ ਬਾਅਦ ਵੱਧਦੇ ਗਏ ਦੇ ਇਹਨੇ ਸਾਰੀਆਂ ਹੱਦਾਂ ਪਾਰ ਕਰਤੀਆਂ। ਉਸ ਦਿਨ ਤਾਂ ਇਹਨੇ ਦੋ ਵਾਰੀ ਮੇਰੇ 'ਤੇ ਅਟੈਕ ਕੀਤਾ, ਬਿਲਕੁਲ ਹੀ ਹੱਦ ਪਾਰ ਕਰਨ ਵਾਲੀ ਗੱਲ ਕਰਤੀ, ਮੈਨੂੰ ਕਮਰੇ 'ਚ ਬੰਦ ਕਰਕੇ ਜ਼ੋਰ ਜ਼ਬਰਦਸਤੀ ਕੀਤੀ, ਔਰ ਜਦੋਂ ਇਹ ਇਸ 'ਚ ਕੰਮ 'ਚ ਨਾਕਾਮਯਾਬ ਹੋ ਗਿਆ ਤਾਂ ਫਿਰ ਉਸ ਤੋਂ ਬਾਅਦ ਇਹਨੇ ਮੈਨੂੰ ਮਾਰ ਕੁਟਾਈ ਕੀਤੀ, ਔਰ ਮੇਰੇ ਬੱਚੇ ਜੋ ਅੰਮ੍ਰਿਤਧਾਰੀ ਉਹਨਾਂ ਦਾ ਅੰਮ੍ਰਿਤ ਵੀ ਇਹਨੇ ਭੰਗ ਕਰਨ ਦੀ ਕੋਸ਼ਿਸ਼ ਕੀਤੀ, ਸ਼ਰਾਬਾਂ ਮੀਟ ਮੰਗਵਾਉਂਦਾ ਰਿਹਾ ਔਰ ਸ਼ਰਾਬਾਂ ਕਢਵਾਉਂਦਾ ਵੀ ਰਿਹਾ। ਮੈਨੂੰ 17-18 ਸਾਲ ਬਾਅਦ ਮੈਂ ਆਇਆ ਅਤੇ ਸ਼ਾਦੀ ਹੋਈ ਨੂੰ ਮੈਨੂੰ ਅਜੇ ਮਹੀਨਾ ਵੀ ਨਹੀਂ ਹੋਇਆ। ਇਹ ਸਾਰੇ ਜਿੰਨੇ ਲੱਗੇ ਆ ਮੇਰੇ 'ਤੇ ਇਲਜ਼ਾਮ ਸਾਰੇ ਬੇਬੁਨਿਆਦ ਆ, ਸਭ ਝੂਠ ਆ। ਮੈਂ ਇੱਦਾਂ ਦਾ ਕੋਈ ਕੰਮ ਨਹੀਂ ਕੀਤਾ, ਨਾ ਹੀ ਮੈਂ ਕਰਦਾ। ਮੈਂ ਪੜ੍ਹਿਆ ਲਿਖਿਆ, ਮੈਂ ਵਧੀਆ ਫੈਮਿਲੀ ਨੂੰ ਬਿਲੋਂਗ ਕਰਦਾ ਅਤੇ ਮੇਰਾ ਪਰਮਾਤਮਾ ਮੈਨੂੰ ਸਾਰਾ ਕੁਛ ਦਿੱਤਾ, ਇਹੋ ਜਿਹਾ ਮੈਂ ਕਦੀ ਨਹੀਂ ਕੁਛ ਕਰ ਸਕਦਾ। ਨਾ ਮੈਂ ਤਾਂ ਆਪਣੇ ਭਰਾ ਦੀ ਹਮੇਸ਼ਾ ਮਦਦ ਕਰਦਾ ਰਿਹਾ, ਹੁਣ ਵੀ ਕਰਦਾ, ਗਾਂਹ ਵੀ ਕਰਨੀ ਆ। ਅਤੇ ਮੇਰੀ ਭਰਤੀ ਵੀ ਪੜ੍ਹੀ ਲਿਖੀ ਆ, ਐਜੂਕੇਸ਼ਨ ਆ, ਬੜੀ ਸਮਾਰਟ ਆ, ਸੋਹਣੀ ਸੁਨੱਖੀ ਆ, ਅਤੇ ਮੈਂ ਬੜਾ ਵਧੀਆ ਪਰਿਵਾਰ ਚੱਲਦਾ ਸੀ। ਪਤਾ ਨਹੀਂ ਉਹਨੇ ਕਿਹੜੇ ਲਾਲਚ ਜਾਣ ਕੇ ਕਿਉਂ ਮੇਰੇ ਨਾਲ ਇੱਦਾਂ ਕੀਤਾ, ਜੋ ਕੁਛ ਕੀਤਾ ਉਹਨੇ ਮੇਰੇ ਨਾਲ ਧੱਕੇਸ਼ਾਹੀ ਕੀਤੀ। ਪਤਾ ਨਹੀਂ ਮੈਨੂੰ ਇਸ ਗੱਲ ਦਾ ਵੀ ਉਹ ਸਿਰਫ ਇਹੀ ਚਾਹੁੰਦੀ ਸੀ ਕਿ ਮੈਨੂੰ ਪੈਸਾ ਧੇਲਾ ਮੈਨੂੰ ਦਿਓ। ਮੈਂ ਪਹਿਲਾਂ ਦਿੰਦਾ ਸੀ, ਸਾਰਾ ਕੁਛ ਕਰਦਾ ਸੀ, ਅਤੇ ਹੁਣ ਮੈਂ ਆਪਣਾ ਪਰਿਵਾਰ ਆਪਣਾ ਘਰ ਪਾਲਣਾ ਚਾਹੁੰਦਾ ਸੀ, ਆਪਣੇ ਲੈ ਕੇ ਚੱਲਣਾ ਚਾਹੁੰਦਾ ਸੀ, ਅਤੇ ਇਸੇ ਕਰਕੇ ਪੈਸੇ ਦੇ ਲਾਲਚ ਜਾਣ ਕੇ ਉਹਨੇ ਜੇ ਮੇਰੀ ਸਿਰਫ ਜਾਇਦਾਦ ਕਰਕੇ ਕਿ ਮੈਨੂੰ ਇਹ ਸਾਰਾ ਕੁਛ ਦੇ ਦੇਵੇ, ਅਤੇ ਜੇ ਮੈਂ ਦੇ ਦਿੰਦਾ ਫਿਰ ਠੀਕ ਆ, ਜੇ ਨਹੀਂ ਦਿੰਦਾ ਤਾਂ ਮੈਂ ਇਹਨਾਂ ਨੂੰ ਧੱਕੇ ਸਹੀ ਕੀ। ਉਹਨੇ ਕਿਹਾ ਸੀ ਵੀ ਮੇਰਾ ਜੇਠ ਨੇ ਮੈਨੂੰ ਬੰਦੀ ਬਣਾਇਆ ਅਤੇ ਜਠਾਣੀ ਨੇ ਬੰਦੀ ਬਣਾਇਆ। ਮੈਂ ਜਿਹੜਾ ਇਹਦੇ ਭਰਾ ਨੂੰ ਨਾਲ ਲੈ ਕੇ ਮੌਕੇ 'ਤੇ ਗਿਆ, ਫਿਰ ਮੈਂ ਦੇਖਿਆ ਠੀਕ ਜਨਾਨੀ ਦੇ ਜਿਹੜੀ ਸੱਟ ਲੱਗੀ ਸੀ, ਅਤੇ ਮੈਂ ਉਹਦਾ ਬਿਆਨ ਲਿਖ ਕੇ ਮੁਕੱਦਮਾ ਦਰਜ ਕਰਤਾ ਸੀ, ਜਿਹੜੀਆਂ ਬਣਦੀਆਂ ਸੀ ਉਹਦੇ ਤਹਿਤ ਜਿਹੜਾ ਮੁਕੱਦਮਾ ਦਰਜ ਕਰਤਾ। ਸੁਖਿੰਦਰ ਕੌਰ ਨੇ ਆਪਣੇ ਬਿਆਨਾਂ 'ਚ ਮੈਨੂੰ ਇਹ ਲਿਖਾਇਆ ਸੀ ਕਿ ਮੇਰਾ ਬੱਚਾ ਜਿਹੜਾ ਵੱਡਾ ਆ ਉਹਦੇ ਆਪਣਾ ਇਹ ਸ਼ਰਾਬ ਆਪਣਾ ਪਿਆਉਂਦਾ ਉਹਨੂੰ ਤੋਂ ਆਪਣਾ ਉਹਨੇ ਅੰਮ੍ਰਿਤ ਛਕਿਆ ਆ, ਅਤੇ ਉਹਦੇ ਵਾਲਾਂ ਦੀ ਜਿਹੜੀ ਇਹਨੇ ਬੇਅਦਬੀ ਕੀਤੀ ਹੈ। ਦੋਸ਼ੀ ਨੂੰ ਮੁਕਬਰ ਵੱਲੋਂ ਦੱਸੀ ਹੋਈ ਜਗ੍ਹਾ ਹਰਚੋਲ ਅੱਡੇ ਤੋਂ ਜਿਹੜਾ ਮੈਂ ਗ੍ਰਿਫਤਾਰ ਕਰ ਲਿਆ, ਮਾਨਯੋਗ ਕੋਰਟ ਵਿੱਚ ਜਿਹੜਾ ਪੇਸ਼ ਕੀਤਾ ਜਾ ਰਿਹਾ, ਅਤੇ ਜੋ ਕੋਰਟ ਹੁਕਮ ਫਰਮਾਏ ਉਹ ਕਾਰਵਾਈ ਗਾਂ ਬਲਵੇ।